देवेंद्र गाल सुनी आई आगे जे एटीएम खुला ही लगा पैसे का पता कुछ नहीं एटीएम तो खुला है देवेंद्र वह गल तू सच्ची उही गल हुई उच्चे तो सारा 2-3 हज़ार रुपया वा एटीएम च 70-70 हज़ार रुपया नहीं है और मैं तो आप टेंशन च पिया कि माता जी देने पैसे तो सानू पूछ लें हाय हाय जो बना अहीं तो लुट्टे गए साढ़े को तो पैसे भी होर है नहीं आ जेड़े है गे ही वह इद कुड़ी कढ़ा के दे आई आ जे इन्हें कढ़ाने ही सानू दिंदी अहीं उन्हां दे हाथ ते रख दे ते सानू भी सोभा आउंदी चोरी छप्पे दे आई आ ते गल्लां ही वाधू दियां अगले सुणा गए आ जिहड़ा काम माता ने किया मैनूं लगदा नहीं इदां करूगी मैं तेरी गल ते वाकिया हैरान आ वी साडा सिर ते साडियां जुत्तियां उहो गल हो गई फिर उन्हां दी लत्त उत्ते ते उत्ते आ इह बुढ़ी दियां करतूतां तू आना है इदा नहीं करती इन्हें हुण कीता ही वेखला आ चंद चढ़ाते ही चल एक पुछ तो सही इन माता नूं भी तू सानू कह देने गई तू पता लैनी पैसे दे गई उत्थे जे मैं पूछिया उन्हें सिर दे वाला नूं पैना उन्हें कड़ा सीधी बोलना मेरे ना आप ही पुछ ली हुण पछताउण दा की फायदा जो चिड़िया चोगी खेत चल खेत नूं छड ते पुछिए करा माता नूं आपां दोवें पुछ लैने मेरे भी उन्हें गाली पैना तेरे भी पैना जो दिते तो दिते होने की कर सकते हैं देते अगली जो पैसे उहदे खाते जमा ही कुड़ी साढ़े को मंगती ओहदा सूत्र आ गया उन्हें देते इहो पैसे साढ़े हाथ ते रख दे ते अहीं टौर ना जांदे ते नाले अगले दा मूंह भजदा वी भरा भरजाई पैसे लैके आए आ चल पुछिए सही एक बार पुछांगे किदां अगली ने कहना तुहानू किदां पता भी मैं पैसे दे के आई हाँ ये भी फसदे आ फिर चल वेने कोई स्कीम लाने पुछदे के तरीके ना इदां नहीं बैठे पता लगना क्लीयर तो होवे किन्ने दे के आई आ 70 कहिंदी कीता किन्ने दित्ते आ बीजी मैं कह रही भी प्रीत घर आ गई है ते अहीं जा ही आउने आ वेख लो मर्जी तुहाडी जाणा तां जायो नाले मेरी गल सुन माता तू पैसे दे गई उत्थे कढ़ा के तुहानू किदां पता पैसे दे के आई मैं पता नहीं मेरे फोन से मैसेज आया मेरा नंबर है ना उत्थे बैंक च मैसेज आया ही भी पैसे दे निकले आ बैंक चो आहो मेरी धी इन्नी दुखी मैं देने नहीं सी बैंक च पैसे सुन डे सीगे ते बीजी जे देने ही इन्नियां गल्लां भी उन्हां कोल सुनियां इत्थे बह गए इन्नी ओह बेइज्जती करके गए आ भी जाओ मगर पैसे दे के आओ अहीं दे आए जिन्ने बणदे आ ਤੁਸੀਂ ਲਿਆਉਂਦੇ ਪੈਸੇ ਕਢਾ ਕੇ ਸਾਡੇ ਹੱਥ ਤੇ ਰੱਖ ਦੇ ਅਸੀਂ ਟੌਰ ਨਾ ਜਾਂਦੇ ਜੇ ਜਾ ਕੇ ਦੇ ਕੇ ਆਉਂਦੇ ਨਾਲੇ ਤੁਹਾਡੀ ਸੋਭਾ ਆਉਂਦੀ ਤੇ ਨਾਲੇ ਸਾਡੀ ਵੀ ਭਰਾ ਭਰਜਾਈ ਆਏ ਆ ਪੈਸੇ ਦੇ ਕੇ ਗਏ ਆ ਤੁਸੀਂ ਆ ਚੋਰੀਆਂ ਕਮਾ ਕੇ ਕੀ ਕੀਤਾ ਕੀ ਸੋਭਾ ਖੱਟ ਲਈ ਹੁਣ ਟੌਰ ਬਣਾਉਣਾ ਤੇ ਆਪਣੇ ਕੋਲ ਬਣਾਉਣੀ ਉਹ ਤੂੰ ਮਾਤਾ ਦੇ ਮਾਤਾ ਹੁਣ ਅਸੀਂ ਗਏ ਉੱਥੇ ਤੇ ਅਗਲਿਆਂ ਦਾ ਸੁਣਾ ਵਾ ਤੁਸੀਂ ਖਾਲੀ ਜੋ ਖਾਲੀ ਹੱਥ ਜਾਣਾ ਨਹੀਂ ਤੁਸੀਂ ਖਾਲੀ ਜੋ ਇਹੀ ਪੈਸੇ ਅਸੀਂ ਦੇ ਆਉਣੇ ਕੰਗਾਲ ਜੋ ਤੁਸੀਂ ਓਹੋ ਬੀਜੀ ਤੁਹਾਨੂੰ ਵੀ ਪਤਾ ਵਾ ਜੋਬਨ 2-3 ਮਹੀਨੇ ਹੋ ਗਏ ਘਰ ਬੈਠੇ ਨੂੰ ਕਿੱਥੋਂ ਆਉਂਦੇ ਪੈਸੇ ਸੁਖਨਾ ਰਾਜਵੀਰ ਦਾ ਵੀ ਖਰਚਾ ਜਾਂਦਾ ਸਕੂਲੇ ਚਾਰ ਜੀ ਇਹੀ ਖਾਣ ਵਾਲੇ ਇੱਕੋ ਜੇ ਜਦੋਂ ਭੈਣਾਂ ਕੋ ਵਨ ਸੋਨੇ ਸੂਟ ਪਾ ਕੇ ਜਿਹੜੀ ਟਮਕ ਟਮਕ ਜਾਂਦੀ ਆ ਉਦੋਂ ਕਿੱਥੋਂ ਆਉਂਦੇ ਪੈਸੇ ਉਹ ਮਾਤਾ ਤਰੀਕਾ ਹੁੰਦਾ ਅਸੀਂ ਜਾਂਦੇ ਅਸੀਂ ਦੇ ਆਉਂਦੇ ਹੁਣ ਅਸੀਂ ਜਾਂਦੇ ਸੂਟ ਪਾਉਂਦੀ ਆਏ ਤੂੰ ਸੂਟਾਂ ਤੇ ਗੱਲ ਆਂਦੀ ਅਸੀਂ ਜਾਂਦੇ ਅਸੀਂ ਪੈਸੇ ਦੇ ਕੇ ਆਉਂਦੇ ਹੋਰ ਗੱਲ ਹੁੰਦੀ ਆ ਹੁਣ ਉਹਦੇ ਉਹ ਜਠਾਣੀ ਨੇ ਤੇ ਉਹਦੇ ਜੇਠ ਨੇ ਹੱਸਣਾ ਵੀ ਪੈਸੇ ਤੇ ਮਾਂ ਦੇ ਕੇ ਦੇ ਕੇ ਆਏ ਖਾਲੀ ਹੱਥ ਮੇਰੀ ਗੱਲ ਇਹਨੂੰ ਸੂਟਾਂ ਨੂੰ ਲੱਭ ਜਾਂਦੇ ਨਨਾਲ ਨਹੀਂ ਨਾ ਲੱਭੇ ਜੀ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਦਿੱਤੇ ਆ ਜੇ ਦੇਣੇ ਸੀ ਤੇ ਸਾਦੀ ਦਿੰਦੇ ਚੋਰੀਆਂ ਕਿਉਂ ਕਮਾਉਂਦੇ ਫਿਰਦੇ ਘਰ ਦੇ ਵਿੱਚ ਹੀ ਮੈਨੂੰ ਦਿੰਦੇ ਏਟੀਐਮ ਮੈਂ ਕਢਾ ਲਿਆਉਂਦਾ ਮੈਂ ਦੇ ਆਉਣੀ ਮੇਰੀ ਮਰਜ਼ੀ ਜਿੱਦਾਂ ਮੈਂ ਚੋਰੀ ਦਿੱਤੇ ਚਾਹੇ ਮੈਂ ਸਾਦੀ ਦਿੱਤੇ ਮੇਰੀ ਮਰਜ਼ੀ ਤੈਨੂੰ ਤਕਲੀਫ ਕੀ ਚੱਲ ਜਾ ਕੋਈ ਨਹੀਂ ਪੈਣਾ ਮੱਥਾ ਮਾਰਦਾ ਕੰਡਾ ਵਿੱਚ ਮੈਂ ਦੌੜ ਜਾਨੀ ਨਾ ਆ ਦੂਜੇ ਕੱਪੜੇ ਤੇ ਚੱਲ ਮੈਂ ਟੀ-ਸ਼ਰਟ ਪਾਣਾ ਬਸ ਜਾ ਲਉਂਗੀ ਕੱਕਾ ਤੇ ਦੌੜ ਜਾਨੀ ਆ ਜਾਂਦੀ ਰਹੀ ਆ ਬਥੇਰੇ ਫੈਸਲੇ ਕਰਾਏ ਉਹਨਾਂ ਦੇ ਤਾਂ ਹੀ ਉੱਥੇ ਵਸਣ ਡਈ ਆ ਜੇ ਮੈਂ ਨਾ ਜਾਂਦੀ ਅਗਲਿਆਂ ਨੇ ਵਸਣ ਨਹੀਂ ਦੇਣੀ ਉਹ ਚੱਲ ਵੱਡੀ ਤੂੰ ਸਰਪੰਚ ਨਹੀਂ ਜੇ ਪਾਣੇ ਕੱਪੜੇ ਮੈਂ ਟੀ-ਸ਼ਰਟ ਦੇ ਇਹਨੂੰ ਬਸ ਦੇ ਮੈਂ ਜਾਵਾਂ ਬੋਲਦੀ ਓ ਉਹ ਤੁਸੀਂ ਦੋਵੇਂ ਇੱਕੋ ਨਹੀਂ ਆ ਮਾਤਾ ਆ ਮੈਂ ਆਪ ਦੁਖੀ ਆ ਤੁਹਾਡੇ ਤੋਂ ਉਹ ਪੂਏ ਚੜਾਈ ਆ ਇੱਧਰ ਲੁੱਟੇ ਸੀ ਇਹਨਾਂ ਕੋਲ 1500 ਰੁਪਈਆ ਹੈ ਨਹੀਂ ਮਾਰੇ ਸੋ ਮਾਰੇ ਕੋਈ ਪੈਸਾ ਹੁੰਦਾ ਨਾ
ਪ੍ਰੀਤ ਇੱਥੇ ਆ, ਆ ਜਾਓ ਨੰਘ ਆਓ ਅੰਦਰ ਹੀ। ਪ੍ਰੀਤ ਪ੍ਰੀਤ ਹਾਂਜੀ ਭਾਬੀ ਜੀ ਆਇਆ। ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ, ਕਿੱਦਾਂ ਹੁਣ ਠੀਕ ਆ? ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਆ ਹੁਣ? ਹਾਂਜੀ ਮੈਂ ਬੈਠੋ, ਮੈਂ ਪਾਣੀ ਲੈ ਗਿਆ। ਅੱਛਾ ਕਿੱਦਾਂ ਹੁਣ ਅੱਗੇ ਨਾਲ ਸਿਹਤ ਠੀਕ ਆ? ਨਹੀਂ ਹੁਣ ਤੇ ਠੀਕ ਵਾ, ਉਦਾਂ ਕੰਮ ਕੁੰਮ ਕਰਕੇ ਲੰਮੇ ਪੈ ਗਈ ਮੈਂ। ਅੱਛਾ ਅੱਛਾ, ਕਿਦੋਂ ਹੋਣੀ ਛੁੱਟੀ? ਛੁੱਟੀ ਮਿਲੀ ਨੂੰ ਹੋ ਗਿਆ ਇੱਕ ਦੋ ਦਿਨ ਆ ਗਏ। ਚੱਲ ਕੋਈ ਨਹੀਂ, ਰੈਸਟ ਹੀ ਕਰ ਜਿੰਨੀ ਹੁੰਦੀ ਆ। ਆਹੋ ਰੈਸਟ ਹੀ ਹੋ ਨਾ, ਕੋਈ ਮਿਸਤਰੀ ਲੱਗੇ ਹੋਏ, ਕਮਜ਼ੋਰੀ ਜੀ ਵੀ ਹੋ ਗਈ, ਕੋਈ ਮੈਂ ਇਹਦੀ ਟੈਨਸ਼ਨ ਲੈ ਲਈ। ਤੁਸੀਂ ਸੁਣਾਓ ਬੀਜੀ, ਠੀਕ ਠਾਕ ਆ? ਹਾਂ ਠੀਕ ਆ ਬੀਜੀ। ਰਾਜਵੀਰ ਗਿਆ ਸਕੂਲ? ਹਾਂ ਸਕੂਲ ਗਿਆ ਸੀ ਤੇ ਮੈਂ ਚੱਲ ਅਸੀਂ ਹੋ ਗਿਆ ਹੀ ਇਹ। ਗੌਰਵ ਗੌਰਵ ਉੱਥੇ ਮਿਸਤਰੀਆਂ ਲੱਗ ਗਏ ਤੇ ਤੈਨੂੰ ਪਤਾ ਹੀ ਆ, ਜੇ ਹਸਪਤਾਲ ਆਉਂਦੀ ਤਾਂ ਘੜੀ ਨਹੀਂ ਬਹਿਣ ਦਿੰਦੇ ਉੱਥੇ, ਇੱਥੇ 100-200 ਬੰਦਾ ਕਰ ਲੈਂਦਾ ਵਾ, ਘੜੀ ਘੜੀ ਬਹਿ ਵੀ ਲੈਂਦਾ ਵਾ ਉੱਥੇ ਬਹਿਣ ਨੂੰ ਦਿਲ ਨਹੀਂ ਕਰਦਾ। ਬੀਜੀ ਗੁੱਸਾ ਕਰਦੇ ਸੀ, ਤੂੰ ਹਸਪਤਾਲ ਨਹੀਂ ਗਈ ਤੇ ਮੈਂ ਕਿਹਾ ਘਰ ਆਓ ਕੁੜੀ, ਮੈਂ ਤਾਂ ਜਾ ਕੇ ਆਊਂਗੀ। ਚਲੋ ਕੋਈ ਗੱਲ ਨਹੀਂ, ਨਾਲੇ ਤੈਨੂੰ ਪਤਾ ਝੋਨੇ ਝੋਨੇ ਵੱਢਣ ਦਾ ਟਾਈਮ ਵੀ ਲੱਗਾ ਨਹੀਂ, ਕੀ ਕਰਨਾ? ਵੱਢਿਆ ਗਿਆ ਝੋਨਾ? ਆ ਵੱਢਿਆ ਗਿਆ, ਥੋੜਾ ਰਹਿ ਗਿਆ। ਅੱਛਾ ਲੋ ਗੌਰਵ ਆ ਗਿਆ, ਮਾਮਾ ਜੀ ਆਏ ਆ। ਅਮੇ ਅਸੀ ਕਾਲ, ਅਮੇ ਅਸੀ ਕਾਲ, ਅਸੀ ਕਾਲ, ਹੋ ਠੀਕ ਆ? ਹਾਂਜੀ ਹਾਂਜੀ ਵਧੀਆ, ਤੁਸੀਂ ਸੁਣਾਓ? ਕਿੱਦਾਂ ਮਿਸਤਰੀ ਲੱਗੇ ਆ? ਹਾਂ ਉੱਥੇ ਹੀ ਆਇਆ ਸੀ ਮੈਂ। ਅੱਛਾ ਕੋਹ ਕਹਿੰਦੇ ਤੇ ਨਹੀਂ ਸਬਜ਼ੀ ਵੱਲੋਂ? ਨਹੀਂ ਸਬਜ਼ੀ ਵੱਲੋਂ ਨਹੀਂ ਕੋਹ ਕਹਿਣਾ, ਅੱਜ ਮੈਂ ਸਰੀਰ ਠੀਕ ਨਹੀਂ ਸੀ, ਮੈਂ ਉਹਨਾਂ ਨੂੰ ਕੱਲ ਸੁਣਾ ਦਿੱਤਾ ਸੀ ਮੈਂ ਸਬਜ਼ੀ ਨਹੀਂ ਜੇ ਮਿਲਦੀ ਕੱਲ ਨੂੰ ਤੇ ਲੈ ਆਇਓ ਘਰੋਂ ਹੀ। ਇਹਨੂੰ ਕਹਿ ਦਿੰਦੀ ਵਿਹਲੀ ਆ, ਇਹਨੇ ਕਰਨਾ ਸੀ? ਕੋਈ ਗੱਲ ਨਹੀਂ, ਲੈ ਆਉਂਦੇ ਹੁੰਦੇ, ਕਦੀ ਕਹਿ ਦਈਏ ਤੇ ਕਦੀ ਕਦਾਈ ਦੀ ਨਹੀਂ ਕੋਈ ਗੱਲ। ਕੰਮ ਹੁਣ ਕਿੰਨਾ ਰਹਿ ਗਿਆ ਵਾ, ਜਾਲ ਬੰਦਾ ਹੀ ਅੱਜ ਉਹਨਾਂ ਬੰਦਾ ਵਾ। ਚਲ ਵਧੀਆ, ਮਹਾਰਾਜ ਦਾ ਸ਼ੁਕਰ ਆ, ਰੈਂਟਰ ਪੈ ਜੇ ਆਪਣੇ ਘਰ ਜਾਣ ਵਾਲੇ ਬਣੋ। ਕੱਲ ਨੂੰ ਲੈਂਟਰ ਆ, ਆਇਓ। ਆਵਾਂਗੇ ਆਵਾਂਗੇ, ਉਹ ਨਹੀਂ ਇਹ ਨਹੀਂ ਵੀ ਅੱਜ ਹੋ ਗਈ ਚੱਲ ਗਏ ਤੇ ਕੱਲ ਆਉਣਾ। ਨਹੀਂ ਨਹੀਂ ਆਵਾਂਗੇ, ਆਉਣਗੇ ਕਿ ਆਉਣਗੇ ਕਿਉਂ ਨਹੀਂ, ਬੀਜੀ ਨੂੰ ਵੀ ਲੈ ਕੇ ਆਵਾਂਗੇ ਨਾਲ। ਅੱਜ ਆਈ ਦਵਿੰਦਰ ਕੋਰਾਂ ਦਾੜ ਦੇ ਥੱਲੇ, ਉਦਾਂ ਤੇ ਕਿਸੇ ਨੂੰ ਗੱਲ ਨਹੀਂ ਕਰ ਦਿੰਦੀ। ਅੱਜ ਲੈਣੀ ਖਬਰ ਇਹਦੀ, ਹੌਸਪੀਟਲ 'ਚ ਪੈਸੇ ਲਾਉਣੇ ਸੀ ਨਾ, ਉੱਥੇ ਤਾਂ ਵੜੀ ਨਹੀਂ, ਹੁਣ ਕਿੱਡੇ ਪਖੰਡ ਕਰਦੀ ਆ। ਘਰ ਵੀ ਬਥੇਰਾ ਮਨ ਫੁੜਕਦਾ ਸੀ ਵੀ ਮਗਰ ਜਾਵਾਂ ਜਾਵਾਂ, ਧਿਆਨ 'ਚ ਤੇਰੇ 'ਚ ਹੀ। ਪਹਿਲਾਂ ਮੈਂ ਆਪ ਬਿਮਾਰ ਹੋ ਗਈ, ਫਿਰ ਝੋਨੇ ਵਾਲੀ ਮਸ਼ੀਨ ਆ ਗਈ, ਝੋਨਾ ਵੱਢਣ ਲੱਗ ਗਏ ਤੇ ਬਸ ਏਦਾਂ ਹੀ ਨਿਕਲਿਆ ਨਹੀਂ ਗਿਆ। ਹੁਣ ਤੇ ਇੰਨਾ ਉੱਚੇ ਹੋ ਹੋ ਫਿਰਨ ਡਏ ਵੀ ਚੱਲ ਤੂੰ ਵੀ ਨਵੀਂ ਨਵੀਂ ਹੋ ਗਿਆ ਆਪਣੇ ਘਰ ਆਈ ਤੇ ਪੋਤੇ ਦੇ ਲੈਂਟਰ ਪੈਣ ਤੇ ਆਇਆ ਹਾਂ। ਚਲੋ ਮਹਾਰਾਜ ਨੇ ਸਭ ਕੁਝ ਕਰ ਦੇਣਾ ਵਾ। ਲੱਗੇ ਮਿਸਤਰੀ ਫਿਰ? ਹਾਂਜੀ ਹਾਂਜੀ, ਕਰੀ ਜਾਂਦੇ ਕੰਮ ਦਿੱਕਤ? ਆਹੋ ਆਹੋ, ਕੰਮ ਹੌਲੀ ਹੌਲੀ ਕਰਦੇ ਆ, ਪਰ ਕਰਦੇ ਸਫਾਈ ਦਾ ਉਹ ਵੀ ਇਦਾਂ ਹੀ ਕਰਦੇ ਹੋ ਗਏ। ਕੰਮ ਬੜਾ ਸੋਹਣਾ ਉਹਨਾਂ ਦਾ, ਕੰਮ ਤੇ ਬੜਾ ਵਧੀਆ ਕਰਦੇ ਆ, ਹੈ ਵੀ ਠੇਕੇ ਤੇ ਆ, ਫਿਰ ਵੀ ਹੌਲੀ ਹੌਲੀ ਲੱਗੇ ਰਹਿੰਦੇ ਆ। ਜਦ ਠੇਕੇ ਵਾਲੇ ਐਂ ਕਰਦੇ ਮਿੰਟ ਮਿੰਟ ਕੰਮ ਨਵੇੜ ਕੇ ਜਾਣ ਦੀ ਕਰਦੇ ਆ, ਪਰ ਨਹੀਂ ਕੰਮ ਬੜੀ ਤਸੱਲੀ ਨਾਲ ਕਰਦੇ ਆ। ਚੱਲ ਵਧੀਆ ਵਾ ਪੁੱਤ। ਜੋ ਬਣਿਆ, ਮੈਨੂੰ ਤਾਂ ਬੜਾ ਗੁੱਸਾ ਸੀ ਤੇਰਾ, ਮੇਰੇ ਨਾਲ ਕਿੰਨਾ ਪਿਆਰ ਹੁੰਦਾ ਸੀ ਬਚਪਨ 'ਚ, ਤੂੰ ਇੰਨਾ ਬਦਲ ਗਿਆ ਵਾ ਵੀ ਮੈਂ ਇੰਨੇ ਦਿਨ ਹੋਸਪਿਟਲ ਰਹੀ ਤੇ ਤੂੰ ਤਾਂ ਵੀ ਨਹੀਂ ਆਇਆ। ਦੀਦੀ ਦੇ ਹੁੰਦਿਆਂ ਤਾਂ ਮੈਂ ਕੁਛ ਕਿਹਾ ਨਹੀਂ, ਪਰ ਮੈਨੂੰ ਇਸ ਗੱਲ ਦਾ ਬੜਾ ਹਿਰਖ ਜਿਹਾ ਲੱਗਾ, ਬੜੇ ਦਿਨ ਧਿਆਨ ਵਿੱਚ ਹੀ ਰਿਹਾ। ਧਿਆਨ ਤੇ ਮੇਰਾ ਵਿੱਚ ਹੈਗਾ ਸੀ, ਪਰ ਮਜਬੂਰੀਆਂ ਤੈਨੂੰ ਪਤਾ, ਝੋਨੇ ਮੀਂਹ ਆ ਜਾਂਦੇ, ਝੋਨੇ ਸਾਹਮਣੇ ਬੜੇ ਔਖੇ ਆ, ਬਹੁਤ ਤੰਗ ਹੋਣ ਡਏ ਆ। ਸੁੱਟਿਆ ਮੰਡੀ, ਉਹ ਵੀ ਮੀਂਹ ਫੇਰ ਪਿਆ ਵਾ ਉੱਥੇ, ਪਿਆ ਜੇ ਮੰਡੀ ਬੰਦਾ ਭਾਲ ਕੇ ਆ। ਤੇਰੇ ਕੋ ਕਾਹਦਾ ਲਗਾ, ਮੀਂਹ ਪੈਣ ਦਾ ਕਰਕੇ ਇੱਕ ਹਵਾ ਹੀ ਨਹੀਂ ਚੱਲੀ, ਝੋਨਾ ਤੇ ਸਾਰਾ ਲੰਮੇ ਹੀ ਪੈ ਗਿਆ ਸੀ, ਦੂਣਾ ਕੋਨਾ ਲਿਆ ਪੈਸੇ ਮਸ਼ੀਨ ਵਾਲਿਆਂ ਵੀ। ਗੱਲ ਤੇ ਵੀਰ ਜੀ ਠੀਕ ਆ, ਪਰ ਕੰਮ ਤੇ ਸਾਰੀ ਉਮਰ ਹੀ ਹੁੰਦੇ ਰਹਿੰਦੇ, ਆਂਦੇ ਭੈਣ ਭਰਾ ਜਿਹੜਾ ਢਿੱਲਾ ਮੱਥਾ ਹੋਵੇ ਤੇ ਢੇਰੀ ਹੋ ਜਾਈਦਾ ਉੱਤੇ, ਕੰਮ ਤੇ ਚੱਲਦੇ ਰਹਿੰਦੇ ਆ। ਨਾਲੇ ਜਦੋਂ ਬਗਾਨਿਆਂ 'ਚ ਬੈਠੇ ਹੋਈਏ ਨਾ ਤੇ ਕਈ ਗੱਲਾਂ ਸੁਣਨ ਨੂੰ ਮਿਲਦੀਆਂ, ਅੱਗੋਂ ਪਿੱਛੋਂ ਭਾਵੇਂ ਨਾਮ ਹੀ ਗੇੜਾ ਵੱਜੇ ਤੇ ਕੋਈ ਨਹੀਂ, ਇਹੋ ਜਿਹੇ ਟਾਈਮ ਤੇ ਜ਼ਰੂਰ ਆਇਆ ਕਰੋ, ਏਦਾਂ ਬੇਕਦਰੀ ਜੀ ਹੋ ਜਾਂਦੀ ਆ। ਪ੍ਰੀਤ ਮੈਂ ਮੰਨਦੀ ਤੇਰਾ ਗੁੱਸਾ ਜਾਇਆ ਜਾ, ਗਲਤੀ ਹੈ ਚਲੋ ਨਹੀਂ ਆਇਆ ਗਿਆ, ਤੇ ਪਰ ਸਾਨੂੰ ਹੁਣ ਜਦੋਂ ਪਤਾ ਲੱਗਾ ਗੌਰਵ ਨੇ ਆਖਿਆ ਵੀ ਮੰਮੀ ਨੂੰ ਲੈਣ ਜਾਣਾ ਤੇ ਮੈਂ ਤਾਂ ਸਵੇਰ ਦੀ ਦੌੜ ਤੋਂ ਰਹਾਂ ਵੀ ਪਹਿਲਾਂ ਕੁੜੀ ਕੋਲ ਜਾ ਕੇ ਆਈਏ। ਉਹ ਗਿਆ ਹੀ ਆਏ ਗੁਰਨਾਮ ਸੋਹਣੀ, ਉਹ ਵੀ ਕੀ ਤੈਨੂੰ ਦੱਸਾਂ ਤੇ ਕੀ ਨਾ ਦੱਸਾਂ, ਬਥੇਰੀ ਬੇਇੱਜ਼ਤੀ ਕਰਕੇ ਆਇਆ ਸਾਡੀ, ਅਸੀਂ ਸਾਡੀ ਮਜਬੂਰੀ ਕੀ ਕਰਦੇ। ਚਲੋ ਕੋਈ ਨਹੀਂ, ਉਹਨਾਂ ਦਾ ਸੁਭਾਅ ਹੀ ਏਦਾਂ ਦਾ ਤੇ ਝੋਨਾ ਚੰਗਾ ਹੋ ਗਿਆ, ਕਮਾਲ ਹੀ ਗਿਆ ਝੋਨਾ, ਜੇ ਪਿਆ ਕੋਤ ਕੋ ਵੱਢਣ ਵਾਲਾ ਪਿਆ, ਪੂਰਾ ਨਹੀਂ ਵੱਢਿਆ ਗਿਆ? ਨਹੀਂ ਪੂਰਾ ਨਹੀਂ ਵੱਢਿਆ ਗਿਆ, ਥੋੜਾ ਰਹਿ ਗਿਆ ਜੇ ਮੀਂਹ ਪਈ ਜਾਂਦਾ ਝੋਨੇ, ਫਿਰ ਕੀ ਕਪੜੇ ਡੜੇ ਹੋਣੇ। ਠੀਕ ਚਲੋ ਬਹੁਤ, ਤੁਸੀਂ ਮੈਂ ਨੰਗਰ ਨੂੰ ਕੱਖ ਪਾਵਾਂ ਪਾ। ਚਲ ਪਾ, ਕੋਈ ਨਹੀਂ ਉਹਨਾਂ, ਮੈਂ ਵੀ ਮਿਸਤਰੀਆਂ ਨੂੰ ਵੇਖਣਾ ਕੀ ਕਰਨ ਡਏ ਆ। ਠੀਕ ਆਹੋ ਮਾਰੋ ਗੇੜਾ ਕੋਈ ਕੋਠੀਆ ਤੁਸੀਂ। ਪ੍ਰੀਤ ਘਰ ਬੈਠਿਆਂ ਨੂੰ ਕਿਹੜਾ ਚੈਨ ਆਉਣ ਡਿਆ ਸੀ, ਧਿਆਨ ਤੇ 24 ਘੰਟੇ ਤੇਰੇ ਵਿੱਚ ਹੀ ਰਹਿੰਦਾ ਸੀ,
ਕਿ ਕੁੜੀ ਦਾ ਪਤਾ ਨਹੀਂ ਕਿੱਦਾਂ ਤੇ ਕਿੱਦਾਂ ਨਹੀਂ। ਮਨ ਤੇ ਬੜਾ ਫੁੜਕਦਾ ਸੀ, ਬਸ ਆ ਘਰ ਦੇ ਧੰਦਾਲ ਜਿਹੜੇ ਇਹ ਨੇ ਨਿਕਲ ਦਿੰਦੇ। ਹਾਂ ਗਲਤ ਨਾ ਕਹਿ ਦਵਿੰਦਰ, ਜੇ ਤੇਰਾ ਧਿਆਨ ਵਿੱਚ ਹੁੰਦਾ ਨਾ ਤੇ ਤੂੰ ਉਹਦੇ ਮਗਰ ਜ਼ਰੂਰ ਪਹੁੰਚਦੀ। ਹੈ ਕਿੰਨੀ ਕੁ ਦੂਰ ਸੀਗਾ, ਅੱਧਾ ਘੰਟਾ ਜਾਣ ਲੱਗਦਾ, ਅੱਧਾ ਘੰਟਾ ਹੀ ਆਉਣ ਲੱਗਦਾ ਵਾ। ਪਰ ਨਾ, ਮੈਨੂੰ ਤੇ ਲੱਗਦਾ ਮੈਂ ਪੈਸਿਆਂ ਵੱਲੋਂ ਕਹਿ ਕੇ ਆਈ ਹਾਂ, ਤੁਸੀਂ ਪੈਸਿਆਂ ਤੋਂ ਡਰ ਗਏ। ਪੈਸਿਆਂ ਦਾ ਤਾਂ ਸਾਰੀ ਗਿਆ, ਅਸੀਂ ਉਹਨੂੰ ਉੱਥੇ ਤਾਂ ਨਹੀਂ ਰਹਿਣ ਦੇਣਾ। ਉੱਪਰ ਹੇਠਾਂ ਕਰਕੇ ਪੈਸੇ ਲਿਆ ਕੇ ਅਸੀਂ ਉਹਨੂੰ ਹੋਸਪਿਟਲੋਂ ਤੇ ਘਰ ਲੈ ਹੀ ਆਉਂਦਾ। ਪਰ ਜਿਹੜਾ ਭੈਣ ਭਰਾ ਹੁੰਦਾ ਨਾ, ਉਹ ਬੜੀ ਚੀਜ਼ ਹੁੰਦਾ ਵਾ। ਤੈਨੂੰ ਮੈਂ ਦੱਸਦਾ, ਜਦੋਂ ਦੁੱਖ ਸੁੱਖ ਦੀ ਵੇਲੇ ਭੈਣ ਭਰਾ ਲਾਗੇ ਲੱਗੇ ਨਾ, ਤੇ ਫਿਰ ਹੀ ਪਤਾ ਲੱਗਦਾ ਵੀ ਕਿਹੜਾ ਆਪਣਾ ਤੇ ਕਿਹੜਾ ਬਗਾਨਾ। ਉਦੋਂ ਤੇ ਬੜਾ ਤੁਸੀਂ ਮੈਨੂੰ ਝਾੜ ਝਾੜ ਮਾਰਦੇ ਸੀ, ਤੁਸੀਂ ਜੇ ਤੇ ਤੁਸੀਂ ਵੋ। ਹੁਣ ਮੈਨੂੰ ਦੱਸੋ ਵੀ ਕਿਹੜਾ ਲਾਗੇ ਲੱਗਦਾ ਤੇ ਕਿਹੜਾ ਨਹੀਂ ਲੱਗਦਾ। ਤੁਸੀਂ ਤੇ ਦੱਸਣ ਦੇ ਬਾਵਜੂਦ ਵੀ ਨੀ ਦੋਵੇਂ ਪਹੁੰਚੇ। ਹੈ ਜੋਗਨ, ਉਹ ਤੇ ਬਗਾਨੀ, ਤੂੰ ਤੇ ਉਹਦਾ ਸਗਾ ਭਰਾ ਸੀ ਨਾ। ਤੈਨੂੰ ਵੀ ਮਾਸਾ ਨਾ ਆਇਆ ਵੀ ਮੇਰੀ ਭੈਣ ਕਿਸ ਹਾਲ ਰਹਿੰਦੀ ਤੇ ਕਿਸ ਹਾਲ ਹੈਗੀ ਆ, ਤੇ ਕਿੱਦਾਂ ਉਹਦੇ ਮਗਰ ਪਹੁੰਚਣਾ ਤੇ ਕਿੱਦਾਂ ਨਹੀਂ। ਆ ਕਿੱਦਾਂ ਦੀ ਗੱਲ ਕਰਤੀ ਦੀਦੀ, ਪੈਸੇ ਦੇ ਗਈ ਉੱਥੋਂ ਲੈ ਕੇ ਆਉਣੀ ਸੀ, ਏਦਾਂ ਦੇ ਹਸਪੀਟਲ ਵਾਲਿਆਂ ਆਉਣ ਨਹੀਂ ਦੇਣੀ, ਤਾਂ ਹੀ ਮੈਂ ਬੀਜੀ ਨੂੰ ਘੱਲਿਆ ਸੀ। ਘਰ ਦਾ ਤੇ ਖਲਾਰਾ ਇੰਨਾ ਸੀ, ਮੇਰੇ ਕੋਲ ਤੇ ਨਿਕਲਿਆ ਨੀ ਗਿਆ। ਜੇ ਪੈਸੇ ਦਿੱਤੇ ਤਾਂ ਹੀ ਉਹਨਾਂ ਆਉਣ ਦਿੱਤੀ ਆ, ਅਗਲਿਆਂ ਨੇ ਉੱਦਾਂ ਨਹੀਂ ਆਉਣ ਦੇਣੀ। ਦਵਿੰਦਰ, ਹਾਂ ਤੇ ਗੱਲਾਂ ਢੱਕੀਆਂ ਰਹਿਣ ਦੇ। ਬੀਜੀ ਤੇ ਜਿੰਨੀ ਪੈਰੀ ਆਈ ਨਾ, ਉਨੀ ਪੈਰੀ ਮੁੜ ਗਈ। ਬੀਜੀ ਨੇ ਸਭ ਕੁਝ ਸਾਨੂੰ ਦੱਸਿਆ ਵਾ ਵੀ ਕਿੱਦਾਂ ਉਹ ਲੜ ਕੇ ਆਈ ਤੇ ਕਿੱਦਾਂ ਉਹ ਚੋਰੀ ਆਈ। ਤੂੰ ਤੇ ਇਸ ਗੱਲ ਨੂੰ ਨਾ ਟੱਕੀ ਰਹਿਣ ਦੇ, ਫਿਰ ਕਹਿਣਾ ਇਹ ਪੋਤੜੇ ਜ਼ਾਹਰ ਕਰਦੀ ਆ। ਨਹੀਂ, ਸਾਡਾ ਸਿਰ ਤੇ ਸਾਡੀਆਂ ਜੁੱਤੀਆਂ, ਉਹ ਵੀ ਸਾਡੀ ਆ। ਸੱਤ ਬਗਾਨੀ ਨਹੀਂ ਆ, ਉਹਨੂੰ ਅਸੀਂ ਪੈਸੇ ਦਿੰਦੇ ਰਹੇ ਜਿਹੜੀ ਉਹ ਜੋੜਦੀ ਰਹੀ ਆ, ਤੇ ਅੱਜ ਉਹਨੇ ਕੁੜੀ ਤੇ ਲਾਤੇ ਆ। ਤੂੰ ਤੇ ਲਾਈ 1000 ਖੰਡ ਉੱਥੇ, ਆਣ ਕੇ ਪੱਲਾ ਚੜ ਕੇ ਬਹਿ ਗਈ ਘਰ, ਤੇ ਕੁੜੀ ਨੂੰ ਕਿੰਨੇ ਲਿਆਂਦਾ? ਅਸੀਂ, ਸਾਡੇ ਹੀ ਪੈਸੇ ਸੀ। ਜੇ ਏਡੀ ਅਣਖਵਾਈ ਹੈ ਨਾ, ਤੇ ਪੈਸੇ ਲੈ ਕੇ ਜਾਂਦੀ ਤੇ ਦਰਾਣੀ ਨੂੰ ਲੈ ਕੇ ਘਰ ਆਉਂਦੀ। ਮੇਰੀ ਗੱਲ ਸੁਣ, ਭਾਵੇਂ ਅਸੀਂ ਲਾਇਆ 1000 ਤੇ ਭਾਵੇਂ ਅਸੀਂ ਲਾਇਆ 10000 ਰੁਪਈਆ, ਇਹਦਾ ਤੇ ਸਾਨੂੰ ਕੋਈ ਮੇਣਾ ਨਹੀਂ। ਉਹ ਆਪਣੀ ਪਾਉਂਦੀ ਤੇ ਆਪਣੀ ਕੋਈ ਖਾਂਦੀ, ਸਾਨੂੰ ਕੋਈ ਸਹਾਨ ਨਹੀਂ ਹੈਗਾ। ਪਰ ਜਿਹੜਾ ਭੈਣ ਭਰਾ ਦਾ ਆੜ ਹੁੰਦਾ ਨਾ, ਉਹ ਬੜੀ ਵੱਡੀ ਚੀਜ਼ ਹੁੰਦੀ ਆ। ਭਰਾਵਾਂ ਦਾ ਮਾਣ ਹੁੰਦਾ ਵਾ, ਜਿਹੜਾ ਤੁਸੀਂ ਮਗਰ ਜਾ ਕੇ ਵੀ ਨਹੀਂ ਪੁੱਛਿਆ ਉਹਨੂੰ ਉਹਦਾ ਹਾਲ, ਉਹਦਾ ਵੀ ਦਿਲ ਹੀ ਪੁੱਛਿਆ ਜਾਂਦਾ। ਜੇ ਕੋਈ ਭੈਣ ਭਰਾ ਜਾ ਕੇ, ਚੁੱਪ ਕਰੋ, ਕੋਈ ਹੋਰ ਗੱਲ, ਚਲੋ ਕੋਈ ਗੱਲ ਨਹੀਂ, ਮੈਂ ਮਿਸਤਰੀਆਂ ਲਗਾਉਣ ਵਾਲੇ ਲਈ ਹਾਂ, ਕੀ ਕਰਦੇ। ਜੇ ਕੋਈ ਭੈਣ ਭਰਾ ਮਗਰ ਚਲ ਜੇ ਨਾ, ਇੰਨੇ ਨਾ ਬੰਦੇ ਦੀ ਅੱਧੀ ਬਿਮਾਰੀ ਲਾਹ ਜਾਂਦੀ ਆ। ਪਰ ਤੈਨੂੰ ਕਿੱਥੋਂ ਸਾਰ? ਨਹੀਂ ਭੈਣੇ, ਪਹੁੰਚ ਹੀ ਗਏ ਆ, ਜੇ ਸਾਡੀ ਹੀ ਤੇ ਆ ਗਏ ਚੱਲ ਕੇ, ਜੇ ਨਹੀਂ ਉੱਥੇ ਜਾਇਆ ਗਿਆ ਤੇ ਕੀ ਲੋੜਾ ਆ ਗਿਆ ਵਾ। ਜੇ ਤੂੰ ਲਾ ਵੀ ਦਿੱਤਾ ਨਾ 1000 ਖੰਡ, ਉਹ ਵੀ ਤੂੰ ਮੇਣੇ ਮਾਰ ਮਾਰ ਲੈ ਹੀ ਲੈਣਾ ਵਾ, ਆਖਣਾ ਮੇਰੇ ਮੋੜੋ, ਤੇ ਅਸੀਂ ਨੀ ਲੈਣੇ, ਅਸੀਂ ਜਿਹੜੇ ਦੇਤੇ ਉਹ ਆਪਣੀ ਧੀ ਨੂੰ ਦੇਤੇ ਆ। ਮੇਰੀ ਗੱਲ ਸੁਣ, ਹਾਂ 1000 ਖੰਡ ਲਾ ਦਿੱਤਾ, ਉਹ ਤੇ ਚੱਲ ਚਾਹੇ ਅਸੀਂ ਲੈ ਲੈਣਾ ਤੇ ਚਾਹੇ ਨਹੀਂ ਲੈ ਲੈਣਾ, ਉਹ ਤੇ ਲੈ ਹੀ ਲੈਣਾ, ਚਾਹੇ ਲੈ ਲੈਣਾ ਨੀ, ਲੈ ਹੀ ਲੈਣਾ ਵਾ। ਇਹ ਲੈਣ ਦੇਣ ਦੀ ਕਿਹੜੀ ਗੱਲ ਆ, ਗੱਲ ਹੁੰਦੀ ਮੌਕੇ ਦੀ, ਜਦੋਂ ਕੋਈ ਲਾ ਦੇ, ਚਾਹੇ ਮੈਂ ਲਾਇਆ 10 ਤੇ ਚਾਹੇ ਮੈਂ ਲਾਇਆ 5, ਪਹੁੰਚੀ ਤੇ ਮੈਂ ਹੀ ਨਾ ਟਾਈਮ ਦੇ ਟਾਈਮ। ਚਲੋ ਕੋਈ ਨੀ, ਨਾ ਪਹੁੰਚਿਆ ਗਿਆ, ਤੂੰ ਤੇ ਨਾ ਕਹੇ ਜੋਗੀ ਨਿਕਲੀ। ਤੂੰ ਕਿਹੜਾ ਫੋਨ ਕਰਕੇ ਮੈਨੂੰ ਦੱਸਿਆ ਸੀ ਵੀ ਪ੍ਰੀਤ ਬਿਮਾਰ ਆ, ਪ੍ਰੀਤ ਹੁੰਦੀ ਉੱਥੇ ਤੇ ਕਿੰਨੇ ਚੋਕੇ ਖੜਨੀ ਮੈਂ, ਤੇ ਜੇ ਤੇਰੇ ਕੋਲ ਤੂੰ ਲੈ ਗਈ, ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਤੁਸੀਂ? ਫੋਨ ਕਰਨ ਦੀ ਕਿਹੜੀ ਗੱਲ ਮਗਰ ਰਹਿ ਗਈ? ਫੋਨ ਕਰਨ ਦੀ ਗੱਲ ਮਗਰ ਰਹਿ ਗਈ? ਤੈਨੂੰ ਤੇ ਮੈਂ ਜਾ ਕੇ ਘਰ ਦੱਸ ਕੇ ਆਈ ਵੀ ਪੈਸਾ ਧੇਲਾ ਲੈ ਕੇ ਜਾਇਓ। ਪ੍ਰੀਤ, ਮੈਂ ਤੇ ਆਈ ਤੇਰਾ ਪਤਾ ਲੈਣ, ਮੈਂ ਆਹ ਗੱਲਾਂ ਨਹੀਂ ਕੋ ਸੁਣਨ ਆਈ, ਜਿਹੜੀਆਂ ਸੁਣਾਉਣ ਡਈ ਇਹਨੂੰ ਤੇ ਬੋਲਣ ਦੀ ਅਕਲ ਨਹੀਂ ਆ ਵੀ ਜੇ ਭੈਣ ਭਰਾ ਪਤਾ ਲੈਣ ਆਇਆ। ਤੁਸੀਂ ਚੁੱਪ ਕਰ ਜਾਓ ਦੀਦੀ, ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਹੋ? ਚੁੱਪ ਕਰਨ ਦੇ ਬਾਵਜੂਦ ਵੀ ਆਹ ਸਿਰ 'ਚ ਸਾਡੇ ਸਵਾਹ ਪਾਈ, ਜਿਹੜੇ ਲਾਗੇ ਨਹੀਂ ਲੱਗੇ ਉਹਨਾਂ ਦੀ ਲੱਤ ਤਾਂ, ਤੇ ਅਸੀਂ ਫੇਰ ਥਾਂ ਤੇ ਥਾਂ, ਸਾਡਾ ਤੇ ਕੋਈ ਮੁੱਲ ਹੀ ਨਾ ਰਹਿ ਗਿਆ। ਭਾਬੀ ਜੀ, ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਤੁਸੀਂ? ਨਹੀਂ ਮੈਂ ਕੀ ਤੇ, ਮੈਂ ਤੇ ਵਿਹਾਰੀ ਗੱਲਾਂ ਕਰਨ ਡਈ ਆ, ਗੱਲਾਂ ਨੂੰ ਤੇ ਵੱਜ ਲੜਾਈ ਨੂੰ ਵਾਜਾਂ ਤੇ ਉਹ ਮਾਰਦੀ ਆ। ਤੁਹਾਨੂੰ ਪਤਾ ਤੇ ਹੈਗਾ ਉਹਦੇ ਸੁਭਾਅ ਦਾ, ਤੇ ਇੱਥੇ ਅਸੀਂ ਗਲਤ ਵਾਂ। ਜਿੱਦਣ ਮੈਂ ਬਿਮਾਰ ਹੋਈ ਸੀ, ਜਿੱਦਾਂ ਮਰਜ਼ੀ ਵੀ ਆ, ਚੁੱਕ ਕੇ ਤੇ ਇਹਨਾਂ ਨੇ ਖੜਿਆ ਸੀ ਅਤੇ ਮੇਰੇ 'ਤੇ ਲਾਏ ਵੀ ਆ, ਉਹਦਾ ਪਿੱਛੇ ਆਉਣ ਦਾ ਤੁਹਾਡਾ ਫਰਜ਼ ਸੀ। ਐਵੇਂ ਨਿੱਕੀ ਜਿਹੀ ਗੱਲ ਦੇ ਪਿੱਛੇ ਉਹਨਾਂ ਦੇ ਸਾਰੀ ਉਮਰ ਦੇ ਮਿਹਣੇ ਬਣ ਜਾਣੇ ਆ। ਅਤੇ ਦੂਜੀ ਗੱਲ, ਭਾਵੇਂ ਜਿੱਦਾਂ ਵੀ ਆ ਮਗਰ ਸਾਰਦੇ ਤਾਂ ਰਹੇ, ਮਿਸਤਰੀਆਂ ਦਾ ਵੀ ਸਾਰਦੀ ਰਹੀ ਆ, ਮੇਰੇ ਪਿੱਛੇ ਵੀ ਜਾਂਦੀ ਰਹੀ ਆ, ਅਤੇ ਫਿਰ ਅੱਜ ਉਹਨੂੰ ਆਪਾਂ ਜ਼ਿਆਦਾ ਕਹਾਂਗੇ ਤਾਂ ਕੱਲ੍ਹ ਨੂੰ ਉਹਨੇ ਬਿਲਕੁਲ ਹੀ ਪੱਲਾ ਨਹੀਂ ਫੜਾਉਣਾ। ਫਿਰ ਵੀ ਇੱਕ ਘਰ ਦੇ ਵਿੱਚ ਰਹਿੰਦੇ ਹਾਂ, ਦੁੱਖ ਸੁੱਖ ਵੇਲੇ ਰਾਤ ਬਰਾਤੇ ਕਿਤੇ ਨਾ ਕਿਤੇ ਲੋੜ ਪੈ ਹੀ ਜਾਂਦੀ ਆ। ਬਾਕੀ ਤੁਸੀਂ ਗੁੱਸਾ ਨਾ ਕਰੋ, ਜਦੋਂ ਮੈਨੂੰ ਨਹੀਂ ਗੁੱਸਾ ਕਿਸ ਗੱਲ ਦਾ ਤਾਂ ਉਹਨਾਂ ਨੂੰ ਕੀ ਕਹਿਣਾ? ਮੈਂ ਤਾਂ ਕੋਈ ਗੱਲ ਸੇੜੀ ਨਹੀਂ, ਮੈਂ ਤਾਂ ਇਦਾਂ ਹੀ ਬਸ ਗੱਲਾਂ ਕਰਨ ਦੀ। ਮੈਨੂੰ ਪਤਾ ਵਾ, ਜਦੋਂ ਪਤਾ ਹੋਵੇ ਨਾ ਕਿ ਇੱਥੇ ਸਾਡੇ 'ਚ ਥੋੜ੍ਹੀ ਜਿਹੀ ਕਾਣੋ ਆ, ਉਹਦੇ ਚੁੱਪ ਕਰ ਰਹੀਦਾ ਹੋਈਦਾ ਵਾ। ਚੱਲ ਕੋਈ ਨੀ, ਤੂੰ ਸੁਣਾ ਵੀ ਦਵਾਈਆਂ ਟਾਈਮ ਸਿਰ ਹੁਣ ਖਾਂਦੀ ਰਹੀ ਦਿੱਤੀ? ਦਵਾਈਆਂ ਖਾਂਦੀ, ਹਫ਼ਤੇ ਬਾਅਦ ਜਾਣਾ ਚੈੱਕ ਕਰਾਉਣ। ਅੱਛਾ ਠੀਕ ਵਾ, ਹੁਣ ਮੈਂ ਐਡੀ ਕੋਈ ਗੱਲ ਵੀ ਨਹੀਂ ਹੈਗੀ, ਤੁਹਾਨੂੰ ਵੀ ਪਤਾ ਹਸਪਤਾਲਾਂ ਵਾਲੇ ਬਿੱਲ ਬਣਾਉਣ ਦੇ ਮਾਰੇ ਛੱਡਦੇ ਵੀ ਨਹੀਂ ਬੰਦੇ ਨੂੰ ਥੋੜ੍ਹੇ ਕੀਤੇ। ਸਿਲੰਡਰ ਦਾ ਹੁਣ ਸਰਜੂ ਪੈਣਾ, ਸਰ ਜਾਣਾ ਹੁਣ ਸਿਲੰਡਰ ਦਾ। ਕਿੱਡੀ ਫੱਫੇ ਕੁੱਟਣੀ ਆ, ਕੱਲ੍ਹ ਅਜੇ ਸੱਸ ਇਹਦੀ ਇੱਥੇ ਦੱਸਦੀ ਗਈ ਕਰਤੂਤਾਂ ਇਹਦੀਆਂ, ਚੋਰੀ ਉਹ ਪੈਸੇ ਦੇ ਕੇ ਗਈ
ਵੇਖ ਕਿੱਦਾਂ ਉੱਤੋਂ ਦੀ ਵਾਰਾਂ ਪੰਦੀ ਫਿਰਦੀ ਆ। ਅਸੀਂ ਪੈਸੇ ਦੇ ਕੇ ਘਲਾਇਆ, ਸਾਡੇ ਕੋਲ ਕਿਹੜੀ ਗੱਲ ਇਹਨਾਂ ਦੇ ਘਰ ਦੀ ਲੁਕੀ ਆ। ਸਾਨੂੰ ਤੇ ਨਿੱਕੀ ਨਿੱਕੀ ਗੱਲ ਦਾ ਪਤਾ ਵਾ, ਨਾਲੇ ਮਾਂ ਇਹਦੀ ਸਭ ਕੁਝ ਦੱਸ ਕੇ ਗਈ ਸਾਨੂੰ। ਵੱਡੀ ਚਲਾਕ ਬਣਦੀ ਫਿਰਦੀ ਆ, ਇਹਨੂੰ ਕੋਈ ਟੱਕਰਿਆ ਹੀ ਨਹੀਂ ਅਜੇ।